अस्सलाम वालेकुम नाज़रीन, मैं हूं डॉक्टर मसूद परवेज़। आज का टॉपिक जो है उसमें कुछ दो तीन सवालात हैं जो कि बार बार आवाम पूछ रही थी मेरे से कि जी ये बता दें। हालांकि मैं हर वीडियो में बताता हूं और बड़ी डिटेल से बताता हूं, लेकिन इसके बावजूद लोग ऐसे ऐसे सवालात करते हैं कि बंदा सोचता है कि यार मैंने क्या बताया। फिर एक मिसल मशहूर है कि सारी रात किस्सा चलिया ਹੀਰ ਰਾਂਝੇ ਦਾ, ਅਤੇ ਸੁਬਹੋ ਕਿਸੇ ਨੇ ਪੁੱਛਿਆ ਕਿ ਜਨਾਬ ਇਹ ਹੀਰ ਦੇ ਬਾਕੀ ਸਾਰੀ ਕਹਾਣੀ ਦਾ ਤਾਂ ਮੈਨੂੰ ਪਤਾ ਚੱਲ ਗਿਆ, ਲੇਕਿਨ ਇਹ ਪਤਾ ਨਹੀਂ ਚੱਲਿਆ ਕਿ ਹੀਰ ਬੰਦਾ ਸੀ ਜਾਂ ਔਰਤ ਸੀ। ਅਤੇ ਗੱਲ ਉੱਥੇ ਦੀ ਉੱਥੇ ਹੈ ਕਿ ਜਨਾਬ ਰਿੰਡ ਦੀ ਬੀਜ ਨੂੰ ਮੈਂ ਦੱਸਿਆ ਵੀ ਇਹ ਲਾਓ, ਅਤੇ ਜਦੋਂ ਕਮੈਂਟਸ ਆਏ ਔਰ ਮੇਰੇ ਕਾਲਾਂ ਆਉਣੀਆਂ ਸ਼ੁਰੂ ਹੋਈਆਂ ਮੈਨੂੰ, ਅਤੇ ਜਨਾਬ ਸਾਰੇ ਹੀ ਕਹਿਣ ਲੱਗੇ ਕਿ ਇਹ ਪਤਾ ਨਹੀਂ ਚੱਲ ਰਿਹਾ, ਇਹ ਜਿਹੜੀ ਤੁਸੀਂ ਗੱਲਾਂ ਕੀਤੀਆਂ ਨੇ ਬੜੀ ਚੰਗੀਆਂ ਨੇ, ਅਸੀਂ ਇਹ ਲਾਉਣਾ ਚਾਹੁੰਦੇ ਹਾਂ, ਲੇਕਿਨ ਹੈ ਕੀ ਸ਼ੈ? ਕਿਆ ਬਾਤ ਹੈ! ਯਾਨੀ ਪਤਾ ਹੀ ਨਹੀਂ ਚਲਾ ਉਨਕੋ ਕਿ ਇਹ ਕੌਣ ਸੀ ਚੀਜ਼ ਹੈ ਜਿਸ ਕਾ ਮੈਂ ਜ਼ਿਕਰ ਕਰ ਰਹਾ ਹੂੰ, ਅਤੇ ਫਿਰ ਵੀਡੀਓ 'ਚ ਵੇਖਿਆ ਕੀ ਹੈ ਜੀ? ਇਹ ਵੀ ਨਹੀਂ ਪਤਾ ਕਿ ਬਈ ਮੈਂ ਗੱਲ ਕਿਸ ਦੀ ਕਰ ਰਿਹਾ, ਅਤੇ ਤੁਸੀਂ ਕੰਮ ਖੇਤ ਸਵਾਹ ਕਰਨਾ, ਪਹਿਲੇ ਪਤਾ ਤਾਂ ਚੱਲੇ ਨਾ ਵੀ ਤੂੰ ਮੈਂ ਕਿਹਾ ਕੀ ਹੈ। ਉਸ ਤੋਂ ਬਾਅਦ ਦੂਜਾ ਸਵਾਲ ਇਹ ਆਉਂਦਾ ਜੀ, ਬਾਕੀ ਸਾਰਾ ਪਤਾ ਲੱਗ ਗਿਆ, ਲੇਕਿਨ ਇਹ ਪਤਾ ਨਹੀਂ ਲੱਗਾ ਕਿ ਕਿਤਨੇ ਕਿਲੋ ਪੈਣਾ, ਇੱਕ ਇੱਕ ਏਕੜ 'ਚ ਕਿਤਨੇ ਕਿਲੋ ਲੱਗਣਾ ਅਤੇ ਲਾਉਣਾ ਕਿਵੇਂ ਹੈ। ਯਾਨੀ ਵੀਡੀਓ 'ਚ ਹੋਰ ਦੱਸਿਆ ਕੀ ਹੈ ਲਗਾਉਣ ਦਾ ਤਰੀਕਾ, ਅਤੇ ਉਹਦਾ ਰੇਟ, ਅਤੇ ਉਹਦੀ ਫਸਲ ਕਿਤਨੀ ਆਉਣੀ ਹੈ, ਇਹ ਸਾਰੀ ਚੀਜ਼ਾਂ ਤਾਂ ਦੱਸੀਆਂ ਨੇ। ਇਸ ਦੇ ਬਾਵਜੂਦ ਨਹੀਂ ਪਤਾ ਚੱਲ ਰਿਹਾ ਬਈ ਇਹ ਲਾਉਣਾ ਕਿਵੇਂ, ਅਤੇ ਪਾਣੀ ਕਿਤਨੇ ਵਾਰੀ ਦੇਣਾ, ਅਤੇ ਕਿਹੜੀ ਜ਼ਮੀਨ 'ਚ ਲੱਗ ਸਕਦਾ, ਅਤੇ ਕਿਹੜੀ ਚੀਜ਼ 'ਤੇ ਨਹੀਂ ਲੱਗ ਸਕਦਾ, ਅਤੇ ਬਈ ਸਾਰਾ ਕੁਝ ਦੱਸ ਕੇ ਵੀ, ਅਤੇ ਫਿਰ ਵੀਡੀਓ ਵੇਖਣ ਦਾ ਫਾਇਦਾ ਕੀ ਹੋਇਆ? ਫਿਰ ਤਾਂ ਬਸ ਇਹ ਹੈ ਕਿ ਉੱਤੋਂ ਵੇਖਿਆ, ਥੰਬਨੇਲ ਵੇਖਿਆ, ਅਤੇ ਉਸ ਤੋਂ ਬਾਅਦ ਸਵਾਲਾਤ ਬਾਕੀ ਸਾਰੇ ਕਾਲਾਂ ਕਰਕੇ ਪੁੱਛ ਲਈਆ। ਮੇਰੇ ਕੋਲ ਇੰਨਾ ਟਾਈਮ ਹੁੰਦਾ ਹੈ ਕਿ ਮੈਂ ਹਰ ਕਾਲ ਨੂੰ ਜਵਾਬ ਦੇ ਸਕਾਂ। ਚਾਰ ਪੰਜ ਲੋਕ ਬਹਾਏ ਹੋਏ, ਲੇਕਿਨ ਇੱਕ ਵੀ ਬੰਦਾ ਜਿਹੜਾ ਹੈ ਉਹ ਇਸ ਕਾਬਿਲ ਨਹੀਂ ਹੈ ਕਿ ਸਾਰੀ ਕਾਲਾਂ ਨੂੰ ਜਵਾਬ ਦੇ ਸਕੇ ਵਾਰੀ ਵਾਰੀ। ਔਰ ਅਖੀਰ ਦੂਜੀ ਗੱਲ ਇਹ ਹੈ ਕਿ ਲੋਕ ਮੁਤਮਿਨ ਵੀ ਤਾਂ ਨਹੀਂ ਨਾ ਹੁੰਦੇ, ਉਹ ਕਹਿੰਦੇ ਜੀ ਡਾਕਟਰ ਸਾਹਿਬ ਦੇ ਨਾਲ ਗੱਲ ਹੋ ਸੀ ਅਤੇ ਤਾਂ ਗੱਲ ਬਣ ਸੀ। ਠੀਕ ਹੈ ਜੀ, ਡਾਕਟਰ ਸਾਹਿਬ ਆ ਦੇ ਰਹੇ ਨੇ, ਲੇਕਿਨ ਮੇਰੇ ਬਿਰਾਓ ਕਮ ਅਜ਼ ਕਮ ਵੀਡੀਓ ਨੂੰ ਸਹੀ ਵੇਖ ਤਾਂ ਲਿਆ ਕਰੋ, ਮੈਂ ਕਿਹਾ ਕੀ ਹੈ। ਚਲੋ ਦੁਬਾਰਾ ਰਿਪੀਟ ਕਰ ਦੇਣਾ, ਦੁਬਾਰਾ ਦੱਸ ਛੁੜੇ ਨਾ ਕਿ ਜਨਾਬ ਇਹ ਅਰੈਂਡ, ਹਰਨੋਲੀ, ਕੈਸਟਰ ਸੀਡ, ਇਹ ਹਿੱਕੇ ਬਲਾਂ ਦਾ ਨਾਂ ਹੈ, ਤ੍ਰੈ ਨਾਂ ਹਨ, ਅਤੇ ਲੱਗਣੀ ਕਿਵੇਂ ਹੈ ਜਨਾਬ? ਤ੍ਰੈ ਤ੍ਰੈ ਫੁੱਟ 'ਤੇ ਦੋ ਦੋ ਬੀਜ ਪਾਉਣੇ ਨੇ, ਅੱਜ ਕੱਲ੍ਹ ਬਿਹਤਰੀਨ ਮੌਸਮ ਹੈ, ਅੱਜ ਕੱਲ੍ਹ ਮੇਰੇ ਬਰਾਓ ਪਾ ਲਓ, ਲਾ ਲਓ ਇਹਨੂੰ। ਮੈਂ ਮੇਰੇ ਕੁਝ ਬੀਜ ਵਟੀ ਗਏ ਹਨ ਬਾਹਰ, ਅਤੇ ਕੱਚੀ ਜਗ੍ਹਾ ਮੇਰੇ ਦਫ਼ਤਰ ਦੇ ਵਿੱਚ, ਅਤੇ ਜੰਗਲ ਬਣਿਆ ਖਲਾ, ਯਾਨੀ ਇੰਨੇ ਪੌਦੇ ਇਕੱਠੇ ਹੋਏ ਖਲਨ, ਮੈਂ ਸੋਚ ਰਿਹਾ ਕਿ ਇਹਨਾਂ ਨੂੰ ਹੁਣ ਜ਼ਾਇਆ ਕਰਾਂ ਕੀ ਕਰਾਂ। ਅਤੇ ਅਗਰ ਕਿਸੇ ਨੂੰ ਕੋਈ 100-200 ਪੌਦਾ ਚਾਹੀਦਾ ਹੈ, ਛੋਟਾ ਛੋਟਾ, ਕੋਈ 6 ਇੰਚ ਦਾ ਜਾਂ 8 ਇੰਚ ਦਾ, ਅਤੇ ਆ ਕੇ ਮੇਰੇ ਦਫ਼ਤਰ ਵਿੱਚ ਮੁਫ਼ਤ ਪੱਟ ਕੇ ਲੈ ਜਾਵੇ, ਉਹ ਵੀ ਹਾਜ਼ਰ ਹਾਂ ਮੈਂ। ਕੁਝ ਲੋਕ ਆਖਦੇ ਜੀ ਕਿ ਇਹਦੀ ਜਰਮੀਨੇਸ਼ਨ ਪੂਰੀ ਨਹੀਂ ਹੋਣੀ, ਇਹ ਨਹੀਂ, ਮੇਰੇ ਕੋਲ ਤਾਂ 100% ਰਿਜ਼ਲਟ ਆਇਆ ਪਿਆ ਹੀ ਨੇ, ਆ ਕੇ ਵੇਖ ਲਓ। ਬਾਕੀ ਜਿਹੜਾ ਉਸਦਾ ਵੇਖਿਆ ਆਪਣਾ, ਇਸਦਾ ਫਸਲ ਕਿਤਨੀ ਆਉਣੀ ਹੈ, ਅਤੇ ਬਈ 35 ਤੋਂ 40 ਮਣ ਆ ਦਿਨ,
ਅਤੇ ਇਤਨੀ ਕਮ ਅਜ਼ ਕਮ ਆ ਹੀ ਜਾਣੀ ਹੈ। ਸਾਲ ਦੇ ਵਿੱਚ ਕਿਤਨੀ ਫਸਲਾਂ ਲੱਗਣੀਆਂ ਜੀ? ਤਰੈ ਫਸਲਾਂ ਲੱਗਦੀਆਂ ਹਰ 4 ਮਹੀਨੇ ਬਾਅਦ। ਇਹਦੀ ਜ਼ਿੰਦਗੀ ਕਿਤਨੀ ਹੈ ਜੀ? ਇਹਦੀ ਜ਼ਿੰਦਗੀ 4 ਸਾਲ ਹੈ ਜਨਾਬ। 4 ਸਾਲ ਤੱਕ ਇਹ ਪੌਦਾ ਖਲਾ ਰਹਿੰਦਾ ਹੈ ਔਰ ਫਲ ਦਿੰਦਾ ਰਹਿੰਦਾ ਹੈ। 5 ਸਾਲ ਵੀ ਲੱਗ ਜਾਂਦਾ ਹੈ, ਲੇਕਿਨ ਚਲੋ ਅਸੀਂ ਐਵਰੇਜ 4 ਸਾਲ ਇਹਨੂੰ ਗਿਣਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਜਨਾਬ ਹੋਰ ਕਿਹੜਾ ਸਵਾਲ ਆਉਂਦਾ ਜੀ? ਇਹ ਤੁਸੀਂ ਲੈ ਲਈ ਸੋ ਜੀ? ਬਿਲਕੁਲ ਲੈ ਲਈ ਸਾਂ। ਕਿਸ ਰੇਟ 'ਤੇ ਲਈ ਸੋ ਜਨਾਬ? ਜਿਹੜਾ ਮੰਡੀ ਦਾ ਰੇਟ ਹੋਇਆ। ਆਜ ਪੰਜਾਬੀ ਮੈਂ ਇਸ ਲਈ ਬਾਤ ਕਰ ਰਹਾ ਹੂੰ ਕਿ ਜ਼ਿਆਦਾਤਰ ਲੋਕੋਂ ਕੋ ਹੋ ਸਕਦਾ ਹੈ ਉਰਦੂ ਸਮਝ ਨਾ ਆਤੀ ਹੋ, ਔਰ ਮੈਂ ਠੇਠ ਪੰਜਾਬੀ ਇਸ ਲਈ ਬੋਲ ਰਹਾ ਹੂੰ ਕਿ ਆਖਿਰਕਾਰ ਹੂੰ ਤੋ ਪੰਜਾਬੀ ਨਾ ਜੰਗ ਦਾ ਜੋ ਹੋਇਆ। ਪਰ ਇਹ ਪੰਜਾਬੀ ਮੈਂ ਲੈਕਚਰ ਹੈ ਔਰ ਉਨ ਲੋਕੋਂ ਕੇ ਲੀ ਹੈ ਜੋ ਬਾਰ ਬਾਰ ਪੁੱਛਦੇ ਹੈ ਜੀ ਪਤਾ ਨਹੀਂ ਲੱਗਾ ਕਿ ਲਾਵਣਾ ਕਿਤਨੇ ਫਾਸਲੇ 'ਤੇ ਹੈ। ਬਈ ਤਰੇ ਤਰੇ ਫੁੱਟ 'ਤੇ ਲਾਵਣਾ ਹੀ ਨੇ, ਪਾਣੀ ਇੱਕ ਜਦੋਂ ਬੀਜ ਲਾਓ ਉਸ ਤੋਂ ਫੌਰਨ ਬਾਅਦ ਪਾਣੀ ਦੇਵਣਾ ਹੀ ਨੇ, ਤਾਂ ਇਹਦੀ ਜਰਮੀਨੇਸ਼ਨ ਸਹੀ ਹੁੰਦੀ ਹੈ, ਇਹ ਤਾਂ ਉਗਾਓ ਸਹੀ ਨਿਕਲਦਾ ਹੈ। ਉਸ ਤੋਂ ਬਾਅਦ ਇਹਦੀ ਜਿਹੜੀ ਬੜੋਤਰੀ ਹੈ ਉਹ ਬੜੀ ਤੇਜ਼ ਹੁੰਦੀ ਹੈ, ਕੋਈ ਹਫ਼ਤੇ ਦੇ ਵਿੱਚ ਇਹ ਫੁੱਟ ਦੇ ਕਰੀਬ ਕਰੀਬ ਅੱਪੜ ਜਾਂਦਾ। ਅਤੇ ਮੇਰਾ ਖਿਆਲ ਹੈ ਕਿ ਇਸ ਲਈ ਬਿਹਤਰੀਨ ਸੀਜ਼ਨ ਹੀ ਨੇ ਕਿ ਉੱਤੋਂ ਸਾਵਣ ਵਸਦਾ ਖਲਾ, ਅਤੇ ਇਹਨੂੰ ਲਾ ਲਓ ਮੇਰੇ ਭਰਾਓ ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ। ਅਤੇ ਜਦ ਲੈਣਾ ਵੀ ਇਹਦਾ ਬੀ ਆਪਣਾ ਇਹਦੀ ਫਸਲ ਅਸੀਂ ਚਾਹ ਲੈਣੀ ਤੁਹਾਡੇ ਕੋਲ ਮੰਡੀ ਦੇ ਰੇਟ 'ਤੇ, ਜੋ ਵੀ ਮੰਡੀ ਦਾ ਰੇਟ ਹੋਇਆ ਉਸ ਟਾਈਮ ਅਸੀਂ ਉਹ ਤੁਹਾਨੂੰ ਦੇ ਕੇ ਪੈਸੇ ਨਕਦ ਅਤੇ ਫਸਲ ਚਾਹ ਲਈ ਸਾਂ। ਅਤੇ ਤੁਸੀਂ ਪਹੁੰਚਾਉਣੀ ਹੈ ਇੱਥੇ ਸਾਡੇ ਦਫ਼ਤਰ, ਅਸੀਂ ਇਤਨੇ ਬੰਦੇ ਤਾਂ ਨਹੀਂ ਗੱਲ ਸਕਦੇ ਕਿ ਗਏ ਹੋਵੇ ਕਸੂਰ ਅਤੇ ਦੂਆ ਗਏ ਹੋਵੇ ਪਿਸ਼ਾਵਰ, ਤਰੀਆ ਗਏ ਹੋਵੇ ਜਨਾਬ ਆਪਣਾ ਰਹੀਮ ਯਾਰ ਖਾਨ, ਅਤੇ ਉੱਥੋਂ ਚਾਹ ਕੇ ਲੈ ਉਹ ਤੁਸੀਂ ਪਹੁੰਚਾਉਣੀ ਹੈ। ਅਤੇ ਬਾਕੀ ਇਸ ਦਾ ਜਿਹੜਾ ਸਾਡੇ ਕੋਲ ਵਰਾਇਟੀ ਕਿਹੜੀ ਹੈ, ਇਹ ਜਨਾਬ ਨਿਆਬ 2020 ਆ ਦਿਨ ਇਹਨੂੰ, ਇਹ ਜ਼ਿਆਦਾ ਫਲ ਇਸ 'ਤੇ ਲੱਗਦਾ ਹੈ। ਇਹਦੇ ਵੈਰੀਫਾਈਡ ਸੀਡ ਇਹਨੂੰ ਕਹਿੰਦੇ ਨੇ, ਮਿਊਟੈਂਟ ਸੀਡ, ਕਿ ਜਿਹੜਾ ਉਹਨਾਂ ਨੇ ਇੱਕ ਨਈ ਨਸਲ ਤਿਆਰ ਕੀਤੀ ਹੈ ਉਹ ਹੈ। ਅਗਲੀ ਗੱਲ ਇਹ ਹੈ ਕਿ ਜਨਾਬ ਕੋਈ ਉਧਾਰ ਸੁਧਾਰ ਤਾਂ ਕੋਈ ਨਹੀਂ ਆਉਣਾ? ਨਹੀਂ ਜਨਾਬ, ਕੋਈ ਉਧਾਰ ਨਹੀਂ, ਨਾ ਅਸੀਂ ਉਧਾਰ ਲੈਂਦੇ ਹਾਂ ਅਤੇ ਨਾ ਦੇਣੇ ਹਾਂ। ਅਤੇ ਇਹ ਬਿਲਕੁਲ ਨਕਦੋ ਨਕਦ ਦਾ ਕੰਮ ਹੀ ਨੇ, ਅਤੇ ਮੇਰੇ ਵਿਰਾਹ ਕਣਕ ਨਾਲ ਜ਼ਿਆਦਾ ਨਫ਼ਾ ਹੀ ਨੇ। ਸਾਲ ਦੇ ਵਿੱਚ 3 ਫਸਲਾਂ ਆ ਜਾਂਦੀਆਂ, ਔਰ ਦੂਜੀ ਗੱਲ ਇਹ ਹੈ ਕਿ ਇੱਕ ਵਾਰੀ ਲੱਗ ਗਿਆ ਤਾਂ 4 ਸਾਲ ਖਲੋਤਾ ਰਹਿਣਾ, ਨਾ ਹਲ ਚਲਾਉਣ ਦੀ ਲੋੜ ਨਾ ਕੋਈ ਹੋਰ ਸ਼ਾਇਦ ਲੋੜ। ਹਾਂ, ਅਗਰ ਇਸ ਨੂੰ ਖਾਦ ਪਾਉਣੀ ਹੈ ਤਾਂ ਫਸਲ ਜ਼ਿਆਦਾ ਅੱਛੀ ਹੁੰਦੀ ਹੈ, ਉਹ ਸਾਡੇ ਕੋਲ ਕਿਸਾਨ ਦੋਸਤ NPK ਖਾਦ ਮੌਜੂਦ ਹੈ ਜਿਹੜੀ ਇਹਦੇ ਵਾਸਤੇ ਅਕਸੀਰ ਹੀ ਨੇ। ਅਤੇ ਉਹ ਅਗਰ ਪਾ ਛੁੜੇ ਸੋ ਇਹਦੀ ਜੜ੍ਹਾਂ ਦੇ ਵਿੱਚ, ਅਤੇ ਇਹ ਜਨਾਬ ਬਿਹਤਰੀਨ, ਯਾਨੀ 300 ਗ੍ਰਾਮ 200 ਤੋਂ 300 ਗ੍ਰਾਮ ਇਹਨੂੰ ਅਗਰ ਖਾਦ ਇਹਦੀ ਜੜ੍ਹਾਂ 'ਚ ਗੋਡੀ ਪਾ ਕੇ ਅਤੇ ਲਾ ਦੇ ਸੋ, ਅਤੇ ਬਿਹਤਰੀਨ ਫਸਲ ਦਿਸਣੇ, ਅਤੇ ਜਨਾਬ ਤੁਸੀਂ ਸੁਖੀ ਹੋ ਗਏ ਸੋ। ਬਜਾਏ ਇਸ ਦੇ ਕਿ ਆਮ ਫਸਲਾਂ ਗੰਨਾ ਲਾਵੀਏ ਤਾਂ ਜਨਾਬ ਮਿੱਲਾਂ ਪੈਸੇ ਨਹੀਂ ਦਿੰਦੀਆਂ, ਅਤੇ ਜੇ ਕਣਕ ਲਾਵੀਏ ਤਾਂ ਗੌਰਮੈਂਟ ਖਰੀਦਣੀ ਕਰੇਂਦੀ, ਅਤੇ ਜੇ ਮੁੰਜੀ ਲਾਵੀਏ ਤਾਂ ਵਪਾਰੀ ਪੈਸੇ ਨਹੀਂ ਦਿੰਦਾ, ਅਤੇ ਇਹਦੇ ਤਾਂ ਉਹ ਸਾਰੇ ਰੋਲੇ ਹੀ ਮੁੱਕ ਗਏ ਨਾ। ਇਹ ਤਾਂ ਅਸੀਂ ਆਪ ਤੁਹਾਡੇ ਕੋਲ ਲੈ ਲੈਣੀ ਹੈ, ਅਤੇ ਅਸੀਂ ਕਿਉਂਕਿ ਇਹਦੇ ਵਿੱਚੋਂ ਕੈਸਟਰੋਇਲ ਬਣਾਉਂਦੇ ਹਾਂ, ਨਾਲ ਮੋਬਲੈਲ ਗੱਡੀਆਂ ਦਾ ਬਣਦਾ, ਅਤੇ ਇਹ ਸਾਰਾ ਕੁਝ ਜਿਹੜਾ ਸਾਡੇ ਕੋਲ ਸੈਟਅਪ ਹੈ, ਅਸੀਂ ਉਹ ਜਨਾਬ ਉਸ 'ਤੇ ਕੰਮ ਕਰ ਰਹੇ ਹਾਂ। ਅਤੇ ਇਸ ਵਾਸਤੇ ਸਾਡੀ ਆਪਣੀ ਚੰਗੀ ਭਲੀ ਖਪਤ ਹੈ, ਤੁਹਾਨੂੰ ਹੀ ਬਲਕਿ ਦਿਸਾਂ ਆਪਣੇ ਟਰੈਕਟਰ ਟਰੂਕਟਰ ਦੇ ਵਿੱਚ ਜਿਹੜਾ ਮੋਬਲੈਲ ਪਹਿਨਦੇ ਹੋ ਉਹ ਇਹ ਪਾਇਆ ਕਰੋ, ਅਤੇ ਤੁਹਾਡਾ ਜ਼ਿਆਦਾ ਬਿਹਤਰ ਹੈ, ਕਿਉਂਕਿ ਇਹ ਜ਼ਿਆਦਾ ਦੇਰ ਚੱਲਦਾ। ਯਾਨੀ ਇਹ ਅਗਰ ਆਮ ਮੋਬਲੈਲ ਤੁਸੀਂ 8 ਡਰੰਮ ਸਾੜ ਕੇ ਅਤੇ ਤਬਦੀਲ ਕਰਦੇ ਹੋ, ਅਤੇ 16 ਡਰੰਮ ਅਤੇ ਸਾੜ ਕੇ ਅਤੇ ਮੁੜ ਤਬਦੀਲ ਹੋ ਸੀ ਟਰੈਕਟਰ ਦੇ ਵਿੱਚ। ਗੱਡੀਆਂ ਦੇ ਵਿੱਚ ਇਹ 8000 ਕਿਲੋਮੀਟਰ 'ਤੇ
ਮੋਟਰਸਾਈਕਲਾਂ ਦੇ ਵਿੱਚ 6000 ਕਿਲੋਮੀਟਰ ਤੱਕ ਚੱਲ ਪੈਂਦਾ। ਬਾਕੀ ਜਿਹੜੇ ਤੁਹਾਡੇ ਕੋਲ ਦੂਜੇ ਆਲਾਤ ਹਨ, ਜ਼ਰਈ ਆਲਾਤ, ਉਹਨਾਂ ਦੇ ਵਿੱਚ ਵੀ ਤੇਲ ਪਾਉਂਦਾ ਹੁੰਦਾ, ਅਤੇ ਉਹਦੇ ਵਿੱਚ ਵੀ ਤੁਸੀਂ ਇਹ ਪਾ ਲਓ ਤਾਂ ਜ਼ਿਆਦਾ ਬਿਹਤਰ ਹੈ। ਮਸਲ ਗੇਅਰ ਆਇਲ ਦੇ ਵਿੱਚ ਇਹਦੇ ਆਦੇ ਸਾਡੇ ਕੋਲ ਗਰੀਸ ਵੀ ਨੇ, ਗਰੀਸ ਵੀ ਤੁਸੀਂ ਲੈ ਸਕਦੇ ਹੋ, ਅਤੇ ਇਹ ਸਾਰੀ ਚੀਜ਼ਾਂ ਲੈ ਕੇ ਅਤੇ ਤੁਸੀਂ ਆਪਣਾ ਕੰਮ ਸਾਰ ਸਕਦੇ ਹੋ। ਹੁਣ ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।